ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਨੇ 100 ਗੈਸ ਵੰਡੇ ਅਤੇ 30 ਲੋਕਾਂ ਦੇ ਪੈਨਸ਼ਨ ਕਾਗਜ਼ ਭਰੇ। ਇਸ ਮੌਕੇ ਮੈਡਮ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਅਕਾਲੀਆਂ ਦਾ ਆਧਾਰ ਖਤਮ ਹੋ ਚੁੱਕਾ ਹੈ। ਇਸ ਮੌਕੇ ਸਰਪੰਚ ਤੇਜਵੀਰ ਸਿੰਘ, ਸਰਪੰਚ ਅਵਤਾਰ ਸਿੰਘ, ਪ੍ਰਧਾਨ ਸਤਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ। ਇੱਥੇ ਜਿੱਦਾਂ ਸਾਡੇ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਗਰੀਬਾਂ ਦੇ ਸਿਲੰਡਰ ਆਏ ਸੀ ਸਰਕਾਰ ਵੱਲੋਂ, ਆਪਾਂ ਉਹ ਅੱਜ ਮੈਡਮ ਨੂੰ ਸੱਦ ਕੇ ਆਪਣੇ ਜਤਿੰਦਰ ਕੌਰ ਰੰਧਾਵਾ ਨੂੰ, ਜੋ ਕਿ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਸਿਲੰਡਰ ਵੰਡੇ ਜਾਂ ਕਨੈਕਸ਼ਨ ਦਿੱਤੇ ਆ ਗਰੀਬਾਂ ਨੂੰ, ਜੋ ਸਰਕਾਰ ਦੀ ਸਹੂਲਤਾਂ ਸੀ। ਅੱਜ ਜਿਹੜੇ ਆਪਾਂ ਜਿਹੜੇ ਸਿਲੰਡਰ ਵੰਡੇ ਆ ਜੀ, ਉਹ ਸਾਡੇ 100 ਦੇ ਕਰੀਬ ਸਿਲੰਡਰ ਸੀ। ਉੱਦਾਂ ਅਸੀਂ ਪਿੰਡ ਵਿੱਚ ਆਪਣੇ 200 ਤੋਂ ਵੱਧ ਆਪਣੇ ਲੋਕਾਂ ਨੂੰ ਸਹੂਲਤਾਂ ਦੇ ਚੁੱਕੇ ਆ, ਜਿਹੜੇ ਉਹ ਗਰੀਬ ਰੇਖਾ ਵਿੱਚ ਸੀ ਜਾਂ ਗਰੀਬੀ ਵਿੱਚ ਸੀ, ਜਿਹੜੇ ਉਹ ਚੁੱਲ੍ਹਾ ਲੈਣ ਜਾਂ ਸਿਲੰਡਰ ਲੈਣ ਨੂੰ ਸਮਰੱਥ ਲੈ ਨਹੀਂ ਸੀ ਸਕਦੇ ਜਾਂ ਉਹਨਾਂ ਕੋਲ ਪੈਸੇ ਨਹੀਂ ਸੀ ਹੈਗੇ, ਉਹਨਾਂ ਨੂੰ ਆਪਾਂ 100 ਦੇ ਕਰੀਬ ਅੱਜ ਸਿਲੰਡਰ ਦਿੱਤੇ ਆ। ਅਤੇ ਪੈਨਸ਼ਨਾਂ ਅਸੀਂ 250 ਜਿਹੜੀਆਂ ਸਾਡੀ ਸਰਕਾਰ ਦੇ ਵਿੱਚ ਪੈਨਸ਼ਨਾਂ ਲੱਗੀਆਂ ਸੀ ਗਰੀਬਾਂ ਨੂੰ, ਜਾਂ ਪਾਈ ਸੀ ਜਾਂ ਉਹ ਵਿਧਵਾ ਸੀ, ਅੱਜ ਉਹਨਾਂ ਦੇ ਕਾਰਡ ਵੰਡੇ ਜੀ। ਵੀ ਸਾਡੇ ਪਿੰਡ ਨਾ ਅਕਾਲੀ ਦਲ ਦਾ ਕੋਈ ਵਜੂਦ ਹੈ ਨਹੀਂ, ਸਾਡੇ ਪਿੰਡ ਸਭ ਤੋਂ ਵੱਧ ਹੁਣ ਕਾਂਗਰਸ ਹੀ ਹੈ। ਜੇ ਕੋਈ ਅਕਾਲੀਆ ਹੈ ਵੀ ਆ ਤਾਂ ਅਸੀਂ ਸਾਡੇ ਵੱਲੋਂ ਕੋਈ ਨਾ ਨਹੀਂ, ਕੋਈ ਵੀ ਇੱਕ ਹੱਥ ਖੜਾ ਕਰਕੇ ਕਹਿ ਦੇ ਵੀ ਮੈਂ ਅਕਾਲੀਆ, ਮੈਨੂੰ ਸਿਲੰਡਰ ਨਹੀਂ ਮਿਲਿਆ ਜਾਂ ਮੇਰੀ ਪੈਨਸ਼ਨ ਨਹੀਂ ਲੱਗੀ, ਉਹਦੇ ਆਪਾਂ ਜਵਾਬ ਦੇਈ ਹਾਂ। ਪਰ ਮੇਰੇ ਖਿਆਲ 'ਚ ਇੱਦਾਂ ਦਾ ਕੋਈ ਨਹੀਂ ਹੈਗਾ। ਬਾਕੀ ਹੁਣ ਸਾਡੇ ਪਿੰਡ 'ਚ ਹੈ ਕਾਂਗਰਸ ਹੀ, ਤਾਂ ਕਾਂਗਰਸ ਨੂੰ ਐਡਕੂਮੈਂਟ ਮਿਲਣੇ ਮਿਲਣੇ ਆ। ਦੇਖੋ ਜੀ, ਅਸੀਂ ਇਹਨਾਂ ਨੂੰ ਸਾਡੇ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹ ਬਹੁਤ ਹੀ ਇਮਾਨਦਾਰੀ ਦੇ ਨਾਲ, ਤਨਦੇਹੀ ਦੇ ਨਾਲ ਸਾਡਾ ਸਾਥ ਦੇਣਗੇ। ਔਰ ਅਸੀਂ ਇਹ ਜਿਹੜੀਆਂ ਹੈਗੀਆਂ ਨੇ ਗ੍ਰਾਂਟਾਂ ਦੇਣੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ, ਉਹਦੇ ਵਿੱਚ ਉਹਨਾਂ ਨੇ ਕੰਮ ਵੀ ਸ਼ੁਰੂ ਕਰਵਾਏ ਹੋਏ ਨੇ। ਔਰ ਉਹਨਾਂ ਨੂੰ ਸਾਡੇ 'ਤੇ ਪੂਰਨ ਵਿਸ਼ਵਾਸ ਹੈ, ਕਿਉਂਕਿ ਅਸੀਂ ਉਹਨਾਂ ਦੇ ਨਾਲ ਆਪਣੇ ਹਲਕੇ ਦੇ ਵਿੱਚ ਇੱਕ ਸਿਆਸੀ ਪਰਿਵਾਰ ਦੀ ਤਰ੍ਹਾਂ ਨਹੀਂ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਉਹਨਾਂ ਨਾਲ ਵਰਤ ਰਹੇ ਹਾਂ। ਸੋ ਇਹ ਇਹਨਾਂ ਦੇ ਹੌਂਸਲੇ ਬੜੇ ਬੁਲੰਦ ਨੇ। ਔਰ ਮੈਨੂੰ ਹਲਕੇ ਦੇ ਵਿੱਚ ਜਿੱਥੇ ਜਿੱਥੇ ਵੀ ਮੈਂ ਜਾਂਦੀ ਹਾਂ, ਮੈਨੂੰ ਲੋਕਾਂ ਦੇ ਵਿੱਚ ਬੜਾ ਜੋਸ਼ ਨਜ਼ਰ ਆਉਂਦਾ ਹੈ। ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਹੋਇਆ ਜੀ ਇੱਥੇ, ਐਕਚੁਅਲੀ ਉਹਨਾਂ ਕੋਲ ਕੋਈ ਕੈਂਡੀਡੇਟ ਹੀ ਨਹੀਂ ਹੈਗਾ, ਅੱਜ ਤੱਕ ਉਹ ਡਿਸਾਈਡ ਹੀ ਨਹੀਂ ਕੁਛ ਕਰ ਪਾ ਰਹੇ ਹੈਗੇ। ਸੋ ਸਾਨੂੰ ਉਹਨਾਂ ਦਾ ਕੋਈ ਡਰ ਨਹੀਂ ਹੈਗਾ ਇੱਥੇ। ਹਾਂ, ਬਹੁਤ ਸਹੀ ਵਾਲਾ ਜਿਹੜਾ ਕੋਟਲੀ ਸੂਰਤ ਮੱਲੀ ਵਿੱਚ ਜਿਹੜਾ ਇਹ ਚੱਲ ਰਿਹਾ ਵਾ ਕਰਜ਼ਾ ਮਾਫੀ ਦੀ, ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਸਾਡੇ ਇੱਕ ਨੁਮਾਇੰਦੇ ਆ ਡਾਕਟਰ ਨਿੱਜਰ ਬਟਾਲੇ ਤੋਂ, ਉਹਨਾਂ 2 ਲੱਖ ਰੁਪਈਆ ਇਹਨਾਂ ਦਾ ਬੈਂਕ ਵਿੱਚ ਜਾ ਕੇ ਮਾਫ਼ ਕਰਾਇਆ ਗ੍ਰਾਮੀਣ ਬੈਂਕ 'ਚ। ਉਸ ਤੋਂ ਇਲਾਵਾ ਮਜੀਠੀਆ ਜੀ ਜਦੋਂ ਜਦੋਂ ਆਏ ਨੇ 3,81,000 ਰੁਪਈਆ ਉਹ ਦੱਸ ਰਹੇ ਨੇ, ਪਰ 3,81,000 ਰੁਪਇਆ ਉਹਦਾ ਕਰਜ਼ਾ ਹੈ ਨਹੀਂ, 2 ਲੱਖ ਰੁਪਈਆ ਉਹਨੂੰ ਵਾਪਸ ਦਿੱਤਾ ਗਿਆ ਵਾ, ਪਤਾ ਨਹੀਂ ਉਹ ਕਿਸ ਮਕਸਦ ਵਾਸਤੇ ਦਿੱਤਾ ਗਿਆ ਵਾ। ਇਹ ਸਿਰਫ ਗੁੰਮਰਾਹ ਕਰਨ ਵਾਲੀ ਗੱਲ ਆ। 10 ਸਾਲ ਇਹਨਾਂ ਨੂੰ ਚੇਤਾ ਨਹੀਂ ਆਇਆ ਅਕਾਲੀ ਦਲ ਸਰਕਾਰ ਨੂੰ, ਅੱਜ ਇਹਨਾਂ ਦਾ ਬਿਸਤਰਾ ਗੋਲ ਹੋ ਗਿਆ ਵਾ ਅਤੇ ਇਹ ਮਤਲਬ ਗੱਲਾਂ ਕਰਦੇ ਨੇ ਆਣ ਕੇ ਕੋਟਲੀ ਸੂਰਤ ਮੱਲੀ ਵਿੱਚ। ਕੋਟਲੀ ਸੂਰਤ ਮੱਲੀ ਵਿੱਚ ਕਦੀ ਵੀ ਕਾਂਗਰਸ ਡਾਊਨ ਨਹੀਂ ਹੋ ਸਕਦੀ, ਇਹ ਜੋ ਮਰਜ਼ੀ ਕਰ। ਕਰਜ਼ਾ ਮਾਫੀ ਜਿਹੜੀ ਪਹਿਲਾਂ 2.5 ਏਕੜ ਦੀ ਜਿਹੜੀ 2.5 ਏਕੜ ਤੋਂ ਥੱਲੇ ਸੀ ਜ਼ਿਮੀਦਾਰ ਉਹਨਾਂ ਦੀ ਹੋਈ ਆ, 79 ਬੰਦਿਆਂ ਦੀ ਉਹਨਾਂ ਦੇ ਵਿੱਚ 2.5 ਏਕੜ ਤੋਂ ਥੱਲੇ ਵਾਲੇ ਆਏ ਆ। ਉਹਦੇ ਵਿੱਚ ਅਕਾਲੀ ਮੈਂਡੇਟ ਬੰਦੇ ਵੀ ਹੈਗੇ ਆ, ਕਾਂਗਰਸੀ ਵੀ ਹੈਗੇ ਆ, ਹੋਰ ਵੀ ਜੇ ਕੋਈ ਮਤਲਬ ਕਿਸੇ ਪਾਰਟੀ ਦਾ ਕੋਈ ਇਸ਼ੂ ਨਹੀਂ ਹੈਗਾ ਵਿੱਚ, ਸਾਰਿਆਂ ਦੇ ਇੱਕ ਬਰਾਬਰਤਾ ਨਾਲ ਕਰਜ਼ੇ ਮਾਫ਼ ਹੋਏ। ਹੁਣ ਦੁਬਾਰਾ ਜਿਹੜੀ ਲਿਸਟ ਆਈ ਆ ਉਸ ਸਮਾਲ ਫਾਰਮਰ ਦੀ, 5 ਏਕੜ ਤੋਂ ਥੱਲੇ ਵਾਲਿਆਂ ਦੀ ਲਿਸਟ ਆਈ ਆ, ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਲਿਸਟ ਤੁਹਾਨੂੰ ਪੜ੍ਹਾ ਵੀ ਸਕਦੇ ਆਪਾਂ ਕਿਸੇ ਟਾਈਮ, ਉਹਦੇ ਵਿੱਚ ਵੀ ਤੁਸੀਂ ਦੇਖੋ ਮੋਸਟਲੀ ਜਿਹੜੇ ਆ ਉਹ ਅਕਾਲੀਆਂ ਦੇ ਕਰਜ਼ੇ ਮਾਫ਼ ਹੋਏ ਆ, ਕਿਸੇ ਦਾ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਗਿਆ ਨਾ ਸਾਡੇ ਨੋਟਸ ਵਿੱਚ ਕੋਈ ਇੱਦਾਂ। 5 ਏਕੜ ਤੋਂ ਥੱਲੇ ਜਿਹੜੇ ਆ ਉਹਦਾ 2 ਲੱਖ ਰੁਪਈਆ ਮਾਫ਼ ਹੋਣਾ ਜੀ, 2 ਲੱਖ ਤੱਕ। ਜੇ ਕਿਸੇ ਦਾ ਸਟੈਡੀ ਦੇ ਵਿੱਚ ਮੰਨ ਲਓ ਫਰਜ਼ ਕਰੋ ਕਿ 1 ਲੱਖ ਰੁਪਈਆ ਵਾ, ਅਤੇ 1 ਲੱਖ ਰੁਪਈਆ ਉਹਦਾ ਕਿਸੇ ਹੋਰ ਬੈਂਕ ਦਾ ਮਾਫ਼ ਹੋ ਜੂਗਾ, ਜਿੰਨਾ ਉਹਦਾ ਸਟੈਡੀ 'ਚ ਪਹਿਲਾਂ ਉਹਦਾ ਸਟੈਡੀ ਦਾ ਮਾਫ਼ ਹੋਊਗਾ, ਬਾਅਦ ਵਿੱਚ ਕਿਸੇ ਹੋਰ ਬੈਂਕ ਦਾ ਮਾਫ਼। ਸੋ ਸਾਡੇ ਸਟੈਡੀ 'ਚ 90 ਬੰਦਿਆਂ ਦੇ ਕਰੀਬ ਕਰੀਬ ਜਿਹੜੇ ਆ ਉਹ ਮਾਫ਼ੀ ਜਿਹੜੀ ਆ ਚੁੱਕੀ ਹੈ, ਅਕਾਊਂਟਾਂ 'ਚ ਪੈ ਚੁੱਕੀ ਹੈ। ਬਾਕੀ 60 ਬੰਦੇ ਸਾਡੇ ਕੋਲ ਰਹਿ ਗਏ ਨੇ ਜਿਹੜੇ ਹੋਰ ਆਉਣੇ ਨੇ, ਉਹ ਵੀ ਆਉਂਦੇ ਦਿਨਾਂ ਦੇ ਵਿੱਚ ਉਹ ਜਲਦੀ ਮਾਫ਼ੀ ਜਿਹੜੀ ਉਹ ਆ ਜਾਏ।